ਇਹ ਗੱਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਇਸ ਵਕਤ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਭਗਵੰਤ ਮਾਨ ਦੇ ਨਵੇਂ ਕੈਬਨਿਟ ਮੰਤਰੀ ਅਮਨ ਅਰੂੜਾ ਨੇ ਠੋਕਿਆ ਦਾਵਾ ਕੀਤਾ ਐਲਾਨ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਇਸ ਵਕਤ ਵੱਡੀ ਖਬਰ ਪੰਜਾਬ ਦੇ ਨਵੇਂ ਬਣੇ ਕੈਬਨਿਟ ਮੰਤਰੀ ਅਮਨ ਅਰੂੜਾ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਜੀ ਅਮਨ ਅਰੂੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅੱਜ ਦਾਵਾ ਠੋਕਿਆ ਤੇ ਐਲਾਨ ਕੀਤਾ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਤੁਹਾਡੇ ਸਾਰਿਆਂ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਣ ਦਿੱਤਾ ਮੈਨੂੰ ਇਹਨਾਂ ਮਾਣ ਬਖਸ਼ਿਆ ਮੈਂ ਪਾਰਟੀ ਦੀ ਆਪਣੀ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦਾ ਹੋਇਆ ਜੋ ਮਹਿਕਮਾ ਜੋ ਡਿਊਟੀਆਂ ਮੈਨੂੰ ਦਿੱਤੀਆਂ ਗਈਆਂ ਨੇ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ ਤੇ ਟਰਾਂਸਪੇਰੈਂਟ ਤਰੀਕੇ ਦੇ ਨਾਲ ਨਿਭਾਵਾਂਗਾ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ ਮੈਂ ਵਚਨਬੱਧ ਹਾਂ ਉਹਨਾਂ ਨੇ ਉੱਚੇ-ਚੇ ਤੌਰ ਤੇ ਧੰਨਵਾਦ ਕਰਦੇ ਆ ਕਿ ਮੇਰੀ ਛੋਟੀ ਭੈਣ ਨਰਿੰਦਰ ਕੌਰ ਭਰਾਜ ਤੇ ਜਸਜੀਤ ਕੌਰ ਐਮਐਲਏ ਸੰਗਰੂਰ ਤੇ ਮੇਰੇ ਸਤਿਕਾਰਯੋਗ ਸਾਥੀ ਜਿਹੜੇ ਮੈਨੂੰ ਇੰਨਾ ਪਿਆਰ ਤੇ ਸਤਿਕਾਰ ਤੇ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਨੇ ਉਹਨਾਂ ਨੇ ਕਿਹਾ ਜੀ ਮੈਨੂੰ ਜੋ ਮਹਿਕਮੇ ਮਿਲੇ ਨੇ ਇੱਕ ਦੀ ਜੋ ਪਹਿਲਾ ਮੀਟਿੰਗ ਹੈ ਅੱਜ ਮੈਂ ਅਰਬਨ ਡਿਵੈਲਪਮੈਂਟ ਦੀ ਦਿਸ ਦੇ ਵਿੱਚ ਪੂਡਾ ਡਿਪਾਰਟਮੈਂਟ ਸਾਰੇ ਆ ਜਾਂਦੇ ਨੇ ਜਿਹੜਾ ਤੁਹਾਡਾ ਮਹਿਕਮਾ ਹੈ ਪਬਲਿਕ ਰਿਲੇਸ਼ਨ ਦਾ ਤੇ ਰੀਯੂ ਨੇਬਲ ਦਾ ਜਿਸ ਦੇ ਵਿੱਚ ਸੋਮਵਾਰ ਨੂੰ ਮੀਟਿੰਗ ਰੱਖੀ ਗਈ ਕਿਉਂਕਿ ਮੇਰਾ ਇੱਕ ਕੰਮ ਉੱਪਰ ਫੋਕਸ ਰਹੇਗਾ ਕਿਉਂਕਿ ਲੋਕ ਜੋ ਖੱਜਲ ਖਵਾਰੀ ਹੁੰਦੀ ਹੈ ਉਸ ਨੂੰ ਖਤਮ ਕਰਨਾ ਹੈ ਦਫ਼ਤਰਾਂ ਦੇ ਵਿੱਚ ਉਹ ਕਰਪਸ਼ਨ ਨੂੰ ਬਿਲਕੁਲ ਜ਼ੀਰੋ ਕਰਨਾ ਹੈ ਜੀ ਜ਼ੀਰੋ ਟੋਲਰੈਂਸ ਤੇ ਰਹੇਗੀ ਸਿਸਟਮ ਨੂੰ ਅਕਾਊਂਟੇਬਲ ਤੇ ਟਰਾਂਸਪਰੈਂਟ ਬਣਾ ਕੇ ਅੱਗੇ ਵਧਣ ਦੀ ਜੋ ਪਲੈਨਿੰਗ ਹੈ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਅੱਜ ਆ ਕੁਝ ਕਰਾਂਗਾ ਦਿਮਾਗ ਵਿੱਚ ਹੈ ਪਰ ਜਦੋਂ ਤੱਕ ਡਿਪਾਰਟਮੈਂਟ ਦੇ ਵਿੱਚ ਬੈਠ ਕੇ ਸਾਰੀ ਫਿਊਚਰ ਪਲੈਨਿੰਗ ਨਹੀਂ ਕਰ ਲੈਂਦੇ ਉਦੋਂ ਤੱਕ ਮੈਂ ਕੁਝ ਵੀਡੀਓ ক্লোਜ਼ ਨਹੀਂ ਕਰਾਂਗਾ ਬਾਕੀ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਜੀ ਤੁਹਾਡੇ ਨਾਲ ਆਪਾਂ ਵੱਡੀ ਵੀਡੀਓ ਦੇ ਵਿੱਚ ਸਾਂਝਾ ਕੀਤਾ ਹੋਇਆ ਜਾ ਕੇ ਚੈੱਕ ਕਰ ਸਕਦੇ ਹੋ